ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਮਲਹਾਰ ਦਾ ਅੰਤਰੇ ਦੀ ਆਪਾਂ ਸਰਗਮ ਸਿੱਖੀ ਸੀਗੀ, ਉਸਦੇ ਉੱਪਰ ਹੁਣ ਆਪਾਂ ਸ਼ਬਦ ਲਗਾਉਣਾ ਸਿੱਖਾਂਗੇ। ਸਰਗਮ ਦੇ ਉੱਪਰ ਸ਼ਬਦ, ਪਹਿਲਾ ਅੰਤਰਾ। ਪਹਿਲਾਂ ਇੱਕ ਮੈਂ ਲਾਈਨ ਵਜਾ ਕੇ ਦੱਸਦਾ ਹਾਂ ਕਿਹੜੀ ਸਰਗਮ ਤੁਸੀਂ ਸਿੱਖੀ ਹੈ, ਰਿਆਜ਼ ਕੀਤਾ ਹੈ। ਮਾਂ ਦੇ ਪਾਪਾ ਨੀ ਧਨੀ ਸਾ ਨੀ ਸਾ ਸਾ ਸਾ, ਮਾਰੇ ਪਾਪਾ, ਚਾਰ ਮਾਤਰਾ ਦੇਖੋ। ਮਾਰੇ ਪਾਪਾ, ਸ਼ਬਦ ਦੇਖੋ, ਸੰਤ ਰੇ ਸੰਤ ਸੰਗੇ, ਮਾਰੇ ਪਾਪਾ ਸੰਤ ਸੰਗੇ, ਨੀ ਧਾ ਨੀ ਸਾ ਨੀ ਮਨ ਪਰ ਪਾ ਸਾ ਸਾ ਸਾ, ਤਿੰਨ ਵਾਰੀ ਸਾ, ਰੇ ਤੋਂ ਬਾਅਦ ਉਹਨੂੰ ਦੋ ਵਾਰੀ ਲੰਬਾ ਕਰਨਾ ਹੈ। ਸੰਤ ਸੰਗ ਮਨ ਪਰ ਫੜੇ, ਨੈਕਸਟ ਲਾਈਨ, ਪਾਪਾ ਰੇ 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 ਨੀ ਸਾ ਸਾ, ਮਿਲ ਮੇਘ ਤਾਰ ਸੋ, ਦੇਖੋ, ਪਾਪਾ ਰੇ 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 ਨੀ ਸਾ ਸਾ, ਮਿਲ ਮੇ ਐਸ ਮੇਘ ਫਿਰ ਤਾ ਨੀ ਤੇ ਤਾਰ ਸੋ, ਫਿਰ ਹਾ ਗ ਨੀ ਧ ਨੀ ਧ ਨੀ ਪਾ ਹਾ ਗ, ਹਾ ਤੋਂ ਬਾਅਦ ਐਸ ਹਨ, ਉਹਦੇ ਹਾ ਨੂੰ ਲੰਬਾ ਕਰਨਾ ਹੈ। ਹਾ ਗ ਨੈਕਸਟ ਲਾਈਨ, ਜਦੋਂ ਵਾਪਸੀ ਆਣੀ ਹੈ ਅਸਥਾਈ ਵਿੱਚ, ਜਿਹਦੀ ਸਮਾਪਤੀ ਅਸਥਾਈ ਦੇ ਆਪਾਂ ਆਉਣਾ ਹੈ, ਉਹ ਵਾਲੀ ਲਾਈਨ, ਮੇਲ ਮਾਪਾ ਸਾ 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 ਨੀ ਧਾ ਨੀ ਨੀ, ਮੇਲ ਮੇਗ ਤਰ ਸੋ, ਪਾ ਮਾ ਮਾ ਪਾ ਮਾ ਗਾ ਰੇ ਸਾ ਭਾਗ, ਫਿਰ ਦੇਖੋ, ਮੇਲ ਮੇਗ ਤਰ ਸੋ ਆਗ ਬਰਸ ਸਰਸ ਆਗੇ ਆ। ਹੁਣ ਆਪਾਂ ਇਹ ਸ਼ਬਦ ਨੂੰ ਤਬਲੇ ਦੀ ਤਾਲ ਦੇ ਨਾਲ ਗਾਇਨ ਕਰਾਂਗੇ। ਸਭ ਤੋਂ ਸ਼ੁਰੂ ਕਰਨਾ ਹੈ, ਸੰਤ ਸੰਗੇ ਮਨ ਪਰ ਗਾਇਨ ਕਰਨਾ ਹੈ, ਸੰਤ ਸੰਗੇ ਮਨ ਪਰ ਸੰਤ ਸੰਗੇ ਮਨ ਪਰ ਮਿਲ ਮੇਗ ਹਰ ਸੁਭਾਗ, ਮਿਲ
ਸੀ ਸ਼ਬਦ ਅੰਤਰੇ ਦਾ ਪਹਿਲਾ ਸਰਗਮ ਦੇ ਉੱਪਰ ਸ਼ਬਦ ਨੂੰ ਤੁਸੀਂ ਇਸ ਤਰ੍ਹਾਂ ਲਗਾ ਕੇ ਰਿਆਜ਼ ਕਰਨਾ ਹੈ ਅਤੇ ਇਸੀ ਤਰ੍ਹਾਂ ਦੂਸਰਾ ਅੰਤਰਾ ਵੀ ਲੱਗਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।